ਵਿੱਚ ਪਨਬੱਸ ਕੰਟਰੈਕਟਰ ਵਰਕਰ ਯੂਨੀਅਨ ਨੇ ਪ੍ਰੈਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ। ਜੇਕਰ ਸਰਕਾਰ ਨੇ ਨਾ ਦਿੱਤਾ ਧਿਆਨ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ਼। 19 ਤਰੀਕ ਨੂੰ ਕੈਬਨਿਟ ਮੰਤਰੀ ਦੇ ਘਰਾਂ ਦੇ ਕੀਤੇ ਜਾਣਗੇ ਘਰਾਓ। 28, 29, 30 ਨੂੰ ਕੀਤੀ ਜਾਵੇਗੀ ਹੜਤਾਲ। ਮੈਂ ਸਤਨਾਮ ਸਿੰਘ, ਸੂਬਾ ਮੀਤ ਪ੍ਰਧਾਨ, ਪੰਜਾਬ ਰੋਡੇ ਪਨਬੱਸ ਡਿਪੂ ਲੁਧਿਆਣਾ ਜੀ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਜਦੋਂ ਪੰਜਾਬ ਸਰਕਾਰ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਸੀ ਵੀ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ, ਹਰੇਕ ਘਰ ਦੇ ਵਿੱਚ ਨੌਕਰੀ ਦੇਵਾਂਗੇ, ਪਰ ਅੱਜ 4.5 ਸਾਲ ਬੀਤ ਦੇ ਬਾਵਜੂਦ ਵੀ ਕਿਸੇ ਵੀ ਕੈਪਟਨ ਸਰਕਾਰ ਨੇ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ। ਜਿਹੜੇ ਕਹਿੰਦੇ ਸੀ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰ ਦਿਆਂਗੇ, ਹਜੇ ਤੱਕ ਕਿਸੇ ਨੂੰ ਵੀ ਪੱਕਾ ਨਹੀਂ ਕੀਤਾ। ਅੱਜ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਦੱਸਣਾ ਚਾਹੁੰਦੇ ਹਾਂ ਕੈਪਟਨ ਸਰਕਾਰ ਨੂੰ ਵੀ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ, ਉਹਨਾਂ ਨੂੰ ਪੱਕਾ ਕੀਤਾ ਜਾਵੇ। ਜਿਹੜੀਆਂ ਸਾਡੀਆਂ ਪਨਬੱਸ ਜਾਂ PRTC ਦੇ ਵਿੱਚ ਬੱਸਾਂ ਨੇ, 1988 ਦੇ ਵਿੱਚ ਪੰਜਾਬ ਰੋਡਵੇਜ਼ ਦੇ ਵਿੱਚ 2407 ਗੱਡੀਆਂ ਦਾ ਫਲੀਟ ਸੀ, ਜਿਹੜਾ ਕਿ ਅੱਜ ਘੱਟ ਕੇ ਪਨਬੱਸ ਅਤੇ ਰੋਡਵੇਜ਼ ਪਾ ਕੇ ਲਗਭਗ 1200-1300 ਦੇ ਕਰੀਬ ਰਹਿ ਗਿਆ। ਇਸੇ ਤਰ੍ਹਾਂ ਹੀ PRTC ਦੇ ਵਿੱਚ 1800-1900 ਗੱਡੀ ਦਾ ਫਲੀਟ ਸੀ, ਜਿਹੜਾ ਕਿ ਅੱਜ 700-800 ਗੱਡੀ ਰਹਿ ਗਈ ਹੈ। ਅਤੇ ਅਸੀਂ ਇਹ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਘੱਟੋ ਘੱਟ 10,000 ਗੱਡੀਆਂ ਦਾ ਫਲੀਟ ਪੂਰਾ ਕੀਤਾ ਜਾਵੇ। ਫਿਰ ਸਰਕਾਰ ਨੂੰ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਵੀ ਬਰਾਬਰ ਕੰਮ, ਬਰਾਬਰ ਤਨਖਾਹ ਸਾਡੇ 'ਤੇ ਉਹ ਲਾਗੂ ਕੀਤਾ ਜਾਵੇ, ਅਤੇ ਜਿਹੜੀਆਂ ਸਾਡੇ 'ਤੇ ਨਜਾਇਜ਼ ਕੰਡੀਸ਼ਨਾਂ ਰਿਪੋਰਟਾਂ ਦੀਆਂ ਲਾਈਆਂ ਹੋਈਆਂ ਉਹਨਾਂ ਨੂੰ ਰੱਦ ਕੀਤਾ ਜਾਵੇ, ਅਤੇ ਜਿਹੜੇ ਕੱਢੇ ਹੋਏ ਆ ਨੌਕਰੀ ਤੋਂ ਮੁਲਾਜ਼ਮ ਉਹ ਬਹਾਲ ਕੀਤੇ ਜਾਣ। ਪਰ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਆਉਣ ਵਾਲੀ 19-20 ਤਰੀਕ ਨੂੰ ਅਸੀਂ ਠੇਕਾ ਸੰਘਰਸ਼ ਮੋਰਚੇ ਦੇ ਨਾਲ ਰਲ ਕੇ ਅਸੀਂ ਜਿੰਨੇ ਵੀ ਕੈਬਨਿਟ 5 ਮੰਤਰੀ ਬਣੇ ਆ ਉਹਨਾਂ ਦੇ ਗੇਟਾਂ 'ਤੇ, ਉਹਨਾਂ ਦੀਆਂ ਕੋਠੀਆਂ ਦਾ ਘਿਰਾਓ ਕਰਾਂਗੇ। ਅਤੇ ਜੇਕਰ ਸਾਡੀਆਂ ਮੰਗਾਂ ਵੱਲ ਫਿਰ ਵੀ ਕੈਪਟਨ ਸਰਕਾਰ ਨੇ ਨਾ ਧਿਆਨ ਦਿੱਤਾ ਤਾਂ ਅਸੀਂ 28, 29, 30 ਤਰੀਕ ਨੂੰ 3 ਰੋਜ਼ਾ ਸਟ੍ਰਾਈਕ ਕਰਕੇ 29 ਤਰੀਕ ਨੂੰ ਮੋਤੀ ਮਹਿਲ ਵੱਲ, ਪਟਿਆਲੇ ਵੱਲ ਉਹ ਘਿਰਾਓ ਕਰਾਂਗੇ। ਅਤੇ ਜੇਕਰ ਸਰਕਾਰ ਫਿਰ ਵੀ ਕਿਸੇ ਗੱਲ 'ਤੇ ਸਾਡੀਆਂ ਮੰਗਾਂ ਵੱਲ ਨਾ ਧਿਆਨ ਦਿੱਤਾ ਤਾਂ ਅਸੀਂ ਮੀਟਿੰਗ ਰੱਖ ਕੇ, ਸੂਬੇ ਦੀ ਮੀਟਿੰਗ ਰੱਖ ਕੇ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਲਿਖਾਂਗੇ, ਜਿਹੜੇ ਕਿ ਪੰਜਾਬ ਸਰਕਾਰ ਨੂੰ 2022 ਦੀਆਂ ਚੋਣਾਂ ਦੇ ਵਿੱਚ ਭੁਗਤ। ਅਸੀਂ ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ, ਇਹ ਸੂਬਾ ਸਰਕਾਰ ਨੂੰ ਇੱਕ ਜਗਾਉਣ ਦੀ ਖਾਤਰ, ਕਿਉਂਕਿ 4.5 ਸਾਲਾਂ ਤੋਂ ਇਹ ਸਰਕਾਰ ਆ ਜਿਹੜੀ ਸੁੱਤੀ ਪਈ ਹੈ, ਇਹਨੂੰ ਜਗਾਉਣ ਦੀ ਖਾਤਰ ਅਸੀਂ ਇਹ ਅੱਜ ਪ੍ਰੈਸ ਕਾਨਫਰੰਸ ਆਪਦੇ ਮਾਧਿਅਮ ਰਾਹੀਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ। 4.5 ਸਾਲ ਪਹਿਲਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਜਿਹੜੇ ਪਹਿਲਾਂ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਵੀ ਨਸ਼ਾ ਮਾਫੀਆ ਖਤਮ ਕਰਾਂਗੇ, ਟਰਾਂਸਪੋਰਟ ਮਾਫੀਆ ਖਤਮ ਕਰਾਂਗੇ, ਅਤੇ ਸਾਰੇ ਜਿਹੜੇ ਠੇਕਾ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਆਉਣ ਸਾਰ ਪਹਿਲੀ ਕੈਬਨਿਟ ਦੇ ਵਿੱਚ ਰੈਗੂਲਰ ਕਰਾਂਗੇ। ਪਰ ਇਹ ਆਪਦੇ ਵਾਅਦਿਆਂ ਤੋਂ, ਪਹਿਲੀ ਕੈਬਨਿਟ ਛੱਡੋ 4.5 ਸਾਲ ਲੰਘ ਗਏ ਆ, ਹੁਣ ਤੱਕ ਇਹਨਾਂ ਨੇ ਇੱਕ ਵੀ ਜਿਹੜਾ ਵਾਅਦਾ ਉਹ ਆਪਦਾ ਪੂਰਾ ਨਹੀਂ ਕੀਤਾ। ਅਸੀਂ 12-13 ਸਾਲਾਂ ਤੋਂ ਲਗਾਤਾਰ ਇਹ ਜਿਹੜੀ ਠੇਕਾ ਪ੍ਰਣਾਲੀ ਇਹਦੀ ਚੱਕੀ ਦੇ ਵਿੱਚ ਪੈਸ ਰਹੇ ਹਾਂ, ਬਹੁਤ ਮੰਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਜਿਹੜੇ ਮੁਲਾਜ਼ਮ ਆ, ਕੱਚੇ ਮੁਲਾਜ਼ਮ PRTC ਦੇ, ਪਨਬੱਸ ਦੇ, ਇਹਨਾਂ ਨੂੰ ਪੱਕਾ ਕੀਤਾ ਜਾਵੇ, ਅਤੇ ਨਾਲ ਹੀ ਜਿਹੜੀ ਬੱਸਾਂ ਦੀ ਗਿਣਤੀ ਆ ਉਹ ਵੀ ਘੱਟੋ ਘੱਟ 10,000 ਹੋਣੀ ਚਾਹੀਦੀ ਆ, ਤਾਂ ਜੋ ਜਿਹੜੀ ਇਹ ਫ੍ਰੀ ਸਹੂਲਤ ਦਿੱਤੀ ਆ ਸਰਕਾਰ ਨੇ, ਅਸੀਂ ਉਹਦਾ ਸਮਰਥਨ ਕਰਦੇ ਹਾਂ, ਵਿਰੋਧ ਨਹੀਂ ਕਰਦੇ। ਇਹਦੇ ਵਿੱਚ ਜਾਣੀ ਘੱਟੋ ਘੱਟ 10,000 ਬੱਸ ਹੋਵੇ ਤਾਂ ਇਹ ਜਿਹੜੀ ਸਹੂਲਤ ਦਿੱਤੀ ਜਾ ਸਕਦੀ ਆ, ਨਹੀਂ ਤਾਂ ਇਹ ਸਾਡੇ ਵਰਕਰਾਂ ਵਾਸਤੇ ਲੜਾਈ ਦਾ ਘਰ ਬਣਾਤਾ ਇਹਨਾਂ ਨੇ, ਕਿਉਂਕਿ ਬੱਸਾਂ ਇਹਨਾਂ ਕੋਲ ਪੂਰੀਆਂ ਨਹੀਂ। 2407 ਬੱਸਾਂ ਦਾ ਫਲੀਟ ਸੀਗਾ 1988 ਦੇ ਵਿੱਚ, ਜਿਹੜਾ ਅੱਜ ਘੱਟ ਕੇ ਸਾਡੇ ਕੋਲ ਕੋਈ ਤਕਰੀਬਨ 3100 ਗੱਡੀ ਰਹਿ ਗਈ ਆ। PRTC ਕੋਲ 900 ਗੱਡੀ ਹੋਊਗੀ, ਉਹ 900 ਦੇ ਵਿੱਚ ਵੀ ਤਕਰੀਬਨ 900 ਪੂਰੀ ਨਹੀਂ, ਉਹਦੇ ਵਿੱਚ ਵੀ ਜ਼ਿਆਦਾਤਰ ਜਿਹੜੀ ਹੈਗੀ ਆ ਕਾਰਪੋਰੇਟ ਘਰਾਣਿਆਂ ਦੀਆਂ ਪਾਈਆਂ ਹੋਈਆਂ ਕਿਲੋਮੀਟਰ ਸਕੀਮ ਗੱਡੀਆਂ, ਇਸ ਦੇ ਤਹਿਤ ਜਾਣੀ ਕਿ ਹੌਲੀ ਹੌਲੀ ਇਹ ਸਰਕਾਰ ਇਸ ਮਹਿਕਮੇ ਨੂੰ, ਇਕੱਲੇ ਇਸ ਨੂੰ ਨਹੀਂ, ਤਕਰੀਬਨ ਸਾਰੇ ਡਿਪਾਰਟਮੈਂਟਾਂ ਨੂੰ ਖਤਮ ਕਰਨ ਵਾਲੇ ਪਾਸੇ ਲੈ ਕੇ ਜਾ ਰਹੀ ਆ। Subscribe to our YouTube channel News DNN by clicking the bell icon. Don't forget to like, comment and share.